ਛਡਿਆਂਤਰ ਰਚਿਆ ਸੀ ਮਗਰ ਲੋਕ ਬੜੇ ਸਿਆਣੇ ਆ ਨਾ ਉਸ ਪੁਰਾਣੇ ਦੌਰ 'ਚ ਕੋਈ ਜਾਣਾ ਚਾਹੁੰਦਾ ਜਿਹੜੀ ਭਰਾ ਮਾਰੂ ਜੰਗ ਹੈ ਅੱਜ ਇਹ ਠਾਠਾ ਮਾਰਦਾ ਇਕੱਠ ਉਸ ਗੱਲ ਦੇ ਵਿਰੋਧ 'ਚ ਪੰਜਾਬ 'ਚ ਭਾਈਚਾਰਕ ਸਾਂਝ ਸਾਂਝ ਨੂੰ ਅਮਨ ਸ਼ਾਂਤੀ ਦੇ ਪੈਗਾਮ ਨੂੰ ਅੱਗੇ ਲਿਜਾਉਣ ਵਾਸਤੇ ਇਕੱਠ ਹੋਇਆ ਅਤੇ ਕਾਂਗਰਸ ਦੇ ਜਾਖੜ ਸਾਹਿਬ ਨੂੰ ਜਾਂ ਕਾਂਗਰਸੀਆਂ ਨੂੰ ਅੱਜ ਜਵਾਬ ਪੰਜਾਬ ਦੀ ਸੰਗਤ ਨੇ ਦਿੱਤਾ ਕਿਸੇ ਹੋਰ ਨੂੰ ਫੁਲਕਾ ਸਾਹਿਬ ਦਾ ਜਵਾਬ ਕਾਂਗਰਸ ਦੇ ਵਜ਼ੀਰਾਂ ਨਹੀਂ ਦੇ ਦਿੱਤਾ ਮੇਰੇ ਤੋਂ ਤਾਂ ਕੀ ਭਾਲਦੇ ਹੋ ਕਾਂਗਰਸ ਦੇ ਤਿੰਨ ਚਾਰ ਵਜ਼ੀਰਾਂ ਨੇ ਜਵਾਬ ਦਿੱਤਾ ਤੇ ਬਿੱਲੀ ਥੱਲਿਓਂ ਬਾਹਰ ਆ ਗਈ ਕੀ ਕਿਹਾ ਕਿ ਜੀ ਇਹ ਐ ਨਹੀਂ ਹੋ ਸਕਦਾ ਇੱਕ ਕਾਨੂੰਨੀ ਪ੍ਰਕਿਰਿਆ ਦੂਜਾ ਕਹਿੰਦਾ ਹਲੇ ਰੋਲ ਐਸਟੈਬਲਿਸ਼ ਹੋਣਾ ਤੇ ਮਤਲਬ ਫਿਰ ਜੋ ਤੁਸੀਂ ਅੰਦਰ ਕਰਦੇ ਸੀ ਸਿਆਸੀ ਰੰਗਰਲੀਆਂ ਹੀ ਮਨਾਉਂਦੇ ਸੀ ਨਾ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਦੋਸ਼ੀਆਂ ਦੀ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਸੈਕਰਲੇਜ ਹੋਈ ਸੀ ਬੇਅਦਬੀ ਹੋਈ ਸੀ ਉਹਤੇ ਵਿਚਾਰਾਂ ਸੀਗੀਆਂ ਮਗਰ ਜੋ ਉੱਥੋਂ ਇਹ ਕਾਂਗਰਸ ਦਾ ਰਵੱਈਆ ਰਿਹਾ ਸਾਰੀ ਦੁਨੀਆ ਨੇ ਵੇਖਿਆ ਕਿਵੇਂ ਹੱਸਦੇ ਸਨ ਦੰਦੀਆਂ ਕੱਢਦੇ ਸਨ ਮਸ਼ਕਰੀਆਂ ਕਰਦੇ ਸਨ ਔਰ ਹੋਰ ਪੁੱਠੇ ਸਿੱਧੇ ਇਸ ਤਰ੍ਹਾਂ ਇਸ਼ਾਰੇ ਕਰਦੇ ਸਨ ਇਹਨਾਂ ਦੀ ਮਾਨਸਿਕਤਾ ਉੱਥੋਂ ਕਲੀਅਰ ਹਨ ਇਹ ਤੋਂ ਆਸ ਵੀ ਨਹੀਂ ਕਾਂਗਰਸ ਤੋਂ ਕੋਈ ਚੰਗੀ ਰੱਖੀ ਜਾ ਸਕਦੀ ਸੀ ਜਿਹਨੇ ਸ਼੍ਰੀ ਹਰਿਮੰਦਰ ਸਾਹਿਬ ਨੂੰ ਢਹਿ ਢੇਰੀ ਕਰਨ ਦੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਦੀ ਸਾਜਿਸ਼ ਰਚੀ ਹੋਵੇ ਜਿਨ੍ਹਾਂ ਨੇ ਹਜ਼ਾਰਾਂ ਦੀ ਗਿਣਤੀ 'ਚ ਗੁਰੂ ਸਾਹਿਬ ਦੀ ਬੇਅਦਬੀ ਕਰਨ ਦਾ ਕੰਮ ਕੀਤਾ ਹੋਵੇ ਜਿਨ੍ਹਾਂ ਨੇ ਹਜ਼ਾਰਾਂ ਦੀ ਗਿਣਤੀ 'ਚ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ ਸੀ ਉਹ ਤਿੰਨ ਟੈਂਕਾਂ ਤੋਪਾਂ ਨਾਲ ਅਟੈਕ ਕਰਾਇਆ ਹੋਵੇ ਉਹਨਾਂ ਕੋਲੋਂ ਜਾਂ 84 ਦੇ ਜਿਹੜੇ ਕਤਲੇਆਮ 'ਚ ਜਿਹੜੇ ਕਾਂਗਰਸੀ ਸ਼ਾਮਲ ਹੋਣ ਉਹਨਾਂ ਤੋਂ ਕੋਈ ਚੰਗੀ ਆਸ ਗੁਰੂ ਗ੍ਰੰਥ ਸਾਹਿਬ ਪ੍ਰਤੀ ਸਿੱਖਾਂ ਪ੍ਰਤੀ ਰੱਖੀ ਨਹੀਂ ਜਾ ਸਕਦੀ ਇਸ ਲਈ ਇਹਨਾਂ ਦੀ ਗੱਲ ਦਾ ਜਵਾਬ ਤਾਂ ਇਹਨਾਂ ਨੇ ਆਪ ਹੀ ਦੇ ਦਿੱਤਾ ਕਿ ਇਹ ਸਾਰੀ ਇੱਕ ਸਿਆਸੀ ਡਰਾਮੇਬਾਜ਼ੀ ਸੀ ਕਿਸੇ ਤਰੀਕੇ ਦਾ ਉਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ 'ਚ ਇੱਕ ਅੱਖਰ ਨਹੀਂ ਜਿਹਦੇ 'ਚ ਬਾਦਲ ਸਾਹਿਬ ਨੂੰ ਜਾਂ ਕਿਸੇ ਨੂੰ ਕਿਸੇ ਤਰੀਕੇ ਦਾ ਵੀ ਉਹ ਗੁਨੇਗਾਰ ਸਾਬਿਤ ਕਰਦਾ ਭਾਵੇਂ ਉਹਨਾਂ ਦੀ ਲੱਖ ਕੋਸ਼ਿਸ਼ਾਂ ਤੋਂ ਬਾਅਦ ਕਮਿਸ਼ਨ ਵੀ ਉਹਨਾਂ ਦਾ ਸ਼ਡਿਅੰਤਰ ਵੀ ਉਹਨਾਂ ਦਾ ਸਾਰਾ ਕੁਛ ਉਹਨਾਂ ਨੇ ਇੱਕ ਮਾਹੌਲ ਖਰਾਬ ਕਰਨ ਲਈ ਕੋਸ਼ਿਸ਼ ਕੀਤੀ ਸੀ ਮਗਰ ਉਹ ਗੱਲ ਆਪ ਹੀ ਵਜ਼ੀਰਾਂ ਨੇ ਬਾਹਰ ਕੱਢਤੀ ਕਿ ਜੀ ਹਲੇ ਤਾਂ ਕੁਛ ਹੈ ਨਹੀਂ ਹਲੇ ਤਾਂ ਜਾਂਚ ਹੋਊਗੀ ਫਿਰ ਅਤੇ ਜਾਂਚ ਤਾਂ ਇਹਨਾਂ ਤੋਂ ਕੋਈ ਆਸ ਸਹੀ ਨਹੀਂ ਰੱਖ ਸਕਦਾ ਉਹ ਤਾਂ ਪਹਿਲਾਂ ਤਾਂ ਉਹਨੇ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹੇ ਸਾਰੇ ਆਪਾਂ ਚਾਹੁੰਦੇ ਮਗਰ ਉਹਦੇ 'ਚ ਵੀ ਕਿਵੇਂ ਸਾਡੀ ਸਾਰਿਆਂ ਦੀ ਭਾਵਨਾ ਨਾਲ ਖਿਲਵਾੜ ਕਰਨ ਦਾ ਕੰਮ ਕੀਤਾ ਹੁਣ ਤਾਂ ਉਹ ਗੱਲ ਬਾਹਰ ਹੀ ਆ ਗਈ ਹੈ ਜਦ ਪਾਕਿਸਤਾਨ ਦੇ ਸਪੋਕਸਪਰਸਨ ਨੇ ਇਹ ਗੱਲ ਸਪਸ਼ਟ ਕਰਤੀ ਹੈ ਕਿ ਲਾਂਘੇ ਦੀ ਗੱਲ ਹਲੇ ਕੋਈ ਨਹੀਂ ਐਂਡ ਇਹ ਅੱਜ ਦੀ ਨਹੀਂ ਅੱਜ ਤੱਕ ਪਾਕਿਸਤਾਨ ਅਤੇ ਹਿੰਦੁਸਤਾਨ ਦੇ ਪ੍ਰੋਬਲਮਸ ਕੀ ਨੇ ਪਾਕਿਸਤਾਨ ਓਕੂਪਾਈਡ ਕਸ਼ਮੀਰ ਜਿਹੜਾ ਅਸੀਂ ਕਹਿੰਦੇ ਸਾਡਾ ਮੁੱਦਾ ਇੱਕ ਨਹੀਂ ਮੁੱਦੇ ਕਈ ਨੇ ਐਂਡ ਉਹੀ ਭਾਵਨਾ ਜੋ ਪਿਛਲੇ 70 ਸਾਲਾਂ ਤੋਂ ਉੱਥੋਂ ਨਿਕਲ ਕੇ ਆਉਂਦੀ ਸੀ ਸਪੋਕਸਪਰਸਨ ਨੇ ਸਪਸ਼ਟ ਕਰਤੀ ਹੈ ਸਰਕਾਰਾਂ ਉੱਥੇ ਬਦਲਣਗੀਆਂ ਬਣਨਗੀਆਂ ਬਦਲ ਜਾਣਗੀਆਂ ਮਗਰ ਪਾਕਿਸਤਾਨ ਦੀ ਨੀਤੀ ਪੰਜਾਬ ਪ੍ਰਤੀ ਹਿੰਦੁਸਤਾਨ ਪ੍ਰਤੀ ਕਦੇ ਨਹੀਂ ਬਦਲਣੀ ਮੈਂ ਸਮਝਦਾ ਨਵਜੋਤ ਸਿੰਘ ਸਿੱਧੂ ਨੇ ਮਾਫ਼ੀ ਮੰਗਣੀ ਚਾਹੀਦੀ ਕਿੰਨੇ ਸ਼ਹੀਦ ਕਰਤੇ ਆ ਫਿਰ ਅਤੇ ਕੀਤੇ ਕੀ ਨੇ ਉਸ ਜਰਨਲ ਨੂੰ ਬਾਜਵੇ ਦੇ ਇਸ਼ਾਰੇ 'ਤੇ ਸ਼ਹੀਦੀਆਂ ਹੋਈਆਂ ਸਾਡੇ ਫੌਜੀ ਵੀਰਾਂ ਦੀ ਜਿਨ੍ਹਾਂ ਨੂੰ ਜਾ ਕੇ ਇਹਨੇ ਜੱਫੀ ਪਾਈ ਸੀ
ਇਸ ਲਈ ਇਹ ਜੇ ਕਿਰਦਾਰ ਦੇ ਬੰਦੇ ਦਾ ਜਿਹੜਾ ਸਾਡੇ ਆਰਮੀ ਜਨਰਲ ਨੂੰ ਤਾਂ ਜੱਫੀ ਅੱਜ ਤੱਕ ਪਾਈ ਨਹੀਂ, ਪਾਕਿਸਤਾਨ ਦੇ ਆਈਐਸਆਈ ਦੇ ਏਜੰਟ ਨੂੰ ਜੱਫੀਆਂ ਪਾਵੇ, ਤੇ ਜਿਹੜਾ ਇੱਥੇ ਸਾਡੇ ਫੌਜੀਆਂ ਨੂੰ ਸ਼ਹੀਦ ਕਰੇ, ਪੰਜਾਬ ਦਾ ਹਿੰਦੁਸਤਾਨ ਦੇ ਹਾਲਾਤ ਵਿਗਾੜਨ, ਉਹਨਾਂ ਬਾਰੇ ਉਹਨਾਂ ਦਾ ਕੋਈ ਸਾਥੀ ਸ਼ਰਾਬ ਨਾਲ ਫੜਿਆ ਗਿਆ ਜਾਂ ਹੋਰ ਕਿਸੇ ਚੀਜ਼ ਦਾ, ਉਹੀ ਤੇ ਕੁਛ ਵੀ ਕਰ ਸਕਦੇ। ਜਿਹੜਾ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਡਿਬੇਟ 'ਚ ਉਹਨਾਂ ਦੀ ਭਾਵਨਾ ਤੁਸੀਂ ਵੇਖੀ ਸੀ, ਤੇ ਰਾਧੇ ਮਾਂ ਨੂੰ ਕੀ ਕਹਿੰਦਾ ਸੀਗਾ, ਕਹਿੰਦਾ ਯੂੰ ਤਾਂ ਸਭ ਜਗ੍ਹਾ ਰੱਬ ਕੀ ਬਾਤ ਹੋਤੀ ਹੈ, ਮਗਰ ਰਾਧੇ ਮਾਂ ਕੇ ਦਰਬਾਰ ਮੇ ਰੱਬ ਸੇ ਮੁਲਾਕਾਤ ਹੋਤੀ ਹੈ। ਸਿੱਧੂ ਦੇ ਸਿਵੇਰ ਚਲੇ ਗਿਆ ਉਹ ਬਾਬਾ ਬਾਪੂ ਆਸਾਰਾਮ ਦੇ ਕੋਲ, ਉੱਥੇ ਕਹਿੰਦਾ ਯੂੰ ਤੋਂ ਸਭ ਜਗ੍ਹਾ ਰੱਬ ਕੀ ਬਾਤ ਹੋਤੀ ਹੈ, ਮਗਰ ਬਾਪੂ ਆਸਾਰਾਮ ਕੇ ਦਰਬਾਰ ਮੇ ਰੱਬ ਸੇ ਮੁਲਾਕਾਤ ਹੋਤੀ ਹੈ। ਇਹਦਾ ਤਾਂ ਪਤਾ ਹੀ ਕੋਈ ਨਹੀਂ ਇਹਦਾ ਰੱਬ ਕਿਹੜਾ, ਇਹ ਆਪ ਕੀ ਚੀਜ਼ ਹੈ, ਆਇਆ ਕਿੱਥੋਂ ਹੈ, ਜਾਣਾ ਕਿੱਥੇ। ਇਸ ਲਈ ਭਰਾ ਇਹਦੇ ਸਵਾਲ ਮੈਨੂੰ ਘੱਟ ਕਰਿਆ ਕਰਦੇ। ਘਰ ਘਰ ਨੌਕਰੀ ਦੇਣ ਦੀ ਗੱਲ ਕੀਤੀ ਗਈ ਸੀ, ਪਰ ਘਰ ਘਰ ਨੌਕਰੀ ਕੋਈ ਜਾ ਰਹੀ, ਟੂਰਿਜ਼ਮ ਡਿਪਾਰਟਮੈਂਟ ਵੱਲੋਂ ਅੱਧ ਵਿਚਾਲੇ 24 ਬੰਦੇ ਕੱਲ੍ਹ ਫਾਰਗ ਕਰ ਦਿੱਤੇ ਗਏ। ਮੈਂ ਉਹ ਬੇਨਤੀ ਕਰ ਰਿਹਾ ਜੀ, ਕਾਂਗਰਸ ਨੇ ਧਿਆਨ ਭਟਕਾਊ ਇਹ ਸੈਸ਼ਨ ਬੁਲਾਇਆ, ਜਿਹ 'ਚ ਸਪੀਕਰ ਸਾਹਿਬ ਦਾ ਵੀ ਰੋਲ ਮੈਂ ਕਹਿ ਸਕਦਾ, ਉਹਨਾਂ ਨੇ ਵੀ ਉਸ ਕੁਰਸੀ ਨੂੰ ਠੇਸ ਪਹੁੰਚਾਈ ਹੈ, ਬੜਾ ਗਲਤ ਰੋਲ ਅਦਾ ਕੀਤਾ। ਜਿਹੜੇ ਲੋਕਾਂ ਨਾਲ ਸੰਬੰਧਿਤ ਮੁੱਦੇ ਨੇ, ਅੱਜ ਘਰ ਘਰ ਤੁਸੀਂ ਚਲੇ ਜਾਓ, ਆਹ ਪਿੰਡ 'ਚ ਹੀ ਫਿਰ ਲਓ, ਸਭ ਤੋਂ ਵੱਡੀ ਮੰਗ ਜੇ ਇੱਥੋਂ ਨਿਕਲ ਕੇ ਆਊਗੀ ਤੇ ਘਰ ਘਰ ਨੌਕਰੀ ਦੀ ਨਿਕਲ ਕੇ ਆਊਗੀ, ਮਗਰ ਉਹਨਾਂ ਦੇ ਬੱਚਿਆਂ ਵਾਸਤੇ ਨੌਕਰੀ ਕੋਈ ਨਹੀਂ। ਬੇਅੰਤ ਸਿੰਘ ਦਾ ਪੋਤਰਾ ਹੋਵੇ, ਹਜ਼ਾਰਾਂ ਦੇ ਕਤਲੇਆਮ ਲਈ ਜ਼ਿੰਮੇਵਾਰ ਹੋਵੇ, ਸਿੱਖ ਪੰਥ ਉਹਨੂੰ ਜ਼ਿੰਮੇਵਾਰ ਠਹਿਰਾਉਂਦੀ ਹੈ, ਤੁਸੀਂ ਉਹਨੂੰ ਜਾ ਕੇ ਉੱਥੇ ਤਾਂ ਸਨਮਾਨਿਤ ਕਰੋ, ਉਹਦੇ ਪੋਤਰੇ ਨੂੰ ਤਾਂ DSP ਦੇ ਦਿਓ ਨੌਕਰੀ, ਤੇ ਇੱਥੇ ਜਿਹੜੇ ਲੱਗੇ ਸੀ ਉਹਨਾਂ ਨੂੰ ਨੌਕਰੀ ਤੋਂ ਕੱਢਣ ਦਾ ਕੰਮ ਸ਼ੁਰੂ ਕਰਤਾ। ਜਿਹੜਾ ਮਨਿਸਟਰ ਜੇਲ੍ਹ ਦੇ ਪ੍ਰਕਿਰਿਆ ਨੂੰ ਜਾਂ ਜੇਲ੍ਹ ਦੇ ਪ੍ਰਸ਼ਾਸਨ ਨੂੰ ਸੁਧਾਰਨ ਵਾਸਤੇ ਗੈਂਗਸਟਰਾਂ ਦੀ ਸਲਾਹ ਲਵੇ, ਪਹਿਲਾਂ ਹੀ ਜੇਲ੍ਹ ਮਨਿਸਟਰ ਹਿੰਦੁਸਤਾਨ 'ਚ ਨਹੀਂ ਵਰਲਡ 'ਚ ਹੋਣਾ, ਜਿਹਨੇ ਗੈਂਗਸਟਰ ਸੱਦ ਕੇ, ਜਿਹੜੇ ਗੈਂਗਸਟਰਾਂ ਦੇ ਹੱਥ ਇਹ ਪੁਲਿਸ ਕਰਮਚਾਰੀਆਂ ਦੇ ਖੂਨ ਨਾਲ, ਜਿਹੜੇ ਲਾਅ ਇਨਫੋਰਸਮੈਂਟ ਏਜੰਸੀ ਦੇ ਉਲਟ ਜਾ ਕੇ ਜਿਹਨੇ ਲੋਕ ਆਪਦੀ ਕਾਰਵਾਈ ਕਰਦੇ ਸੀ, ਉਹਨਾਂ ਦੀ ਸਲਾਹ ਨਾਲ ਜਿਹੜੇ ਪ੍ਰਸ਼ਾਸਨ ਸੁਧਾਰਨਾ ਚਾਹੁੰਦੇ ਆ, ਅੱਜ ਮੈਂ ਸਮਝਦਾ ਇਹ ਵੀ ਚਾਨਣ ਮੁਨਾਰਾ ਹੀ ਬਣ ਕੇ ਆਊਗਾ, ਪਹਿਲਾ ਜੇਲ੍ਹ ਮਿਨਿਸਟਰ ਜਿਹਨੇ ਵੱਡੇ ਵੱਡੇ ਜੇਲ੍ਹ ਪ੍ਰਸ਼ਾਸਕ ਸੁਧਾਰ ਵਾਲੇ ਨਹੀਂ ਸੱਦੇ, ਉਹਨੇ ਕਿਰਨ ਬੇਦੀ ਜੀ ਵਰਗੇ ਜਿਹਨਾਂ ਨੂੰ ਅਵਾਰਡ ਮਿਲਿਆ ਕਿ ਜੇਲ੍ਹ ਦੀ ਕਿਵੇਂ ਪ੍ਰਕਿਰਿਆ ਸੁਧਾਰੀ ਜਾ ਸਕਦੀ ਹੈ, ਜਾਂ ਕੋਈ ਇੰਟਰਨੈਸ਼ਨਲ ਫੇਮ ਵਾਲਾ ਕੋਈ ਬੰਦਾ ਉਹ ਨਹੀਂ ਸੱਦਿਆ, ਮਗਰ ਜਿਹੜੇ ਗੈਂਗਸਟਰ ਇਹਨਾਂ ਦੀ ਮਦਦ ਕਰਦੇ ਆ ਉਹਨਾਂ ਗੈਂਗਸਟਰਾਂ ਨੂੰ ਚਾਹ ਪਿਲਾਉਣੀ, ਬਿਸਕੁਟ ਖਿਲਾਉਣੇ, ਮੱਠੀਆਂ ਖਿਲਾਉਣੀਆਂ, ਮਿੱਠਾ ਖਿਲਾਉਣਾ, ਤੇ ਫਿਰ ਉਹਨੂੰ ਕਹਿਣਾ ਇਹ ਸਾਨੂੰ ਸਲਾਹ ਦੇਣਗੇ। ਇਹਨਾਂ ਦੀ ਮਾਨਸਿਕਤਾ ਤਾਂ ਇੱਥੋਂ ਹੀ ਸਾਫ਼ ਹੁੰਦੀ ਹੈ।